ਯਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਤੋਂਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਖਬਰ ਅਮਰੀਕਾ ਤੋਂ ਜਿੱਥੇ ਵਾਪਰਿਆ ਕਹਿਰ ਤਿੰਨ ਮੁੰਡਿਆਂ ਦੀ ਹੋਈ ਭਿਆਨਕ ਹਾਦਸੇ ਚੋਂ ਮੌਤ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਅਮਰੀਕਾ ਦੇ ਵਿੱਚ ਕਹਿਰ ਵਾਪਰਿਆ ਜਿੱਥੇ ਇਨ ਮੁੰਡਿਆਂ ਦੀ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਕਾਰ ਬੇਕਾਬੂ ਹੋ ਕੇ ਫੁੱਟਪਾਥ ਤੇ ਜਾ ਕੇ ਪਲਟ ਜਾਣ ਕਾਰਨ ਤਿੰਨ ਨੌਜਵਾਨਾਂ ਦੀ ਨੌਜਵਾਨ ਮੁੰਡਿਆਂ ਦੀ ਮੌਤ ਹੋਣ ਦਾ ਦੁਖਦਾਈ ਖਬਰ ਨੇ ਸਭ ਲੋਕਾਂ ਨੂੰ ਝੰਡੂੜ ਕੇ ਰੱਖ ਦਿੱਤਾ ਜੀ ਤਸਵੀਰ ਸਾਹਬ ਤੋਂ ਪਹਿਲਾਂ ਉਸ ਕਾਰ ਦੀ ਤੁਸੀਂ ਆਪਣੇ ਫੋਨ ਦੀ ਡਿਸਪਲੇ ਤੇ ਦੇਖ ਸਕਦੇ ਹੋ ਜੀ ਜਿਹੜੀ ਕੀ ਡਵਾਈਡਰ ਦੇ ਵਿੱਚ ਵੱਜ ਕੇ ਪਲਟ ਗਿਆ ਸੋ ਤਸਵੀਰ ਤੁਹਾਡੇ ਸਾਹਮਣੇ ਆਕਾਰ ਦੀ ਤਸਵੀਰ ਨੂੰ ਦੇਖ ਕੇ ਫੋਟੋ ਨੂੰ ਦੇਖ ਕੇ ਸਹਿਜ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿੰਨਾ ਦਰਦਨਾਕ ਭਿਆਨਕ ਹਾਦਸਾ ਹੋਵੇਗਾ ਇਹ ਮੰਜ਼ਰ ਹੋਵੇਗਾ ਦੱਸਿਆ ਗਿਆ ਹੈ ਕਿ ਹਾਦਸਾ ਐਤਵਾਰ ਦੀ ਰਾਤ ਕਰੀਬ 8:30 ਵਜੇ ਦੇ ਪਾਸਾ ਡੇਨਾ ਵਿੱਚ ਇੱਕ ਚੌਰਾਹੇ ਦੇ ਨਜ਼ਦੀਕ ਵਾਪਰਿਆ ਜਿਸ ਬਾਰੇ ਜਾਣਕਾਰੀ ਦਿੰਦੀ ਹੋਏ ਕੈਲੀਫੋਰਨੀਆ ਹਾਈਵੇ ਤੇ ਪੈਟਰੋਲ ਸਰਵਿਸ ਅਨੁਸਾਰ ਇਹ ਬਹੁਤ ਜ਼ਿਆਦਾ ਹਾਦਸਾ ਭਿਆਨਕ ਹੈ ਦੱਸਿਆ ਗਿਆ ਕਿ ਇਸ ਹਾਦਸੇ ਚ ਕਾਰ ਚਲਾਉਣ ਵਾਲੇ 17 ਸਾਲਾ ਡਰਾਈਵਰ ਦੇ ਨਾਲ 16 ਸਾਲਾ ਮੁੰਡੇ ਦੀ ਘੜਨਾ ਸਥਾਨ ਤੇ ਮੌਤ ਹੋ ਗਈ ਇਸ ਤੋਂ ਇਲਾਵਾ ਕਾਰ ਦੇ ਵਿੱਚ ਮੌਜੂਦ ਤੀਸਰਾ 17 ਸਾਲਾ ਨੌਜਵਾਨ ਮੁੰਡਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਉਸ ਦੀ ਜੇਰੇ ਇਲਾਜ ਦੇ ਦੌਰਾਨ ਮੌਤ ਹੋ ਗਈ ਇਸ ਤਰ੍ਹਾਂ ਮੌਕੇ ਤੇ ਤਿੰਨ ਨੌਜਵਾਨਾਂ ਦੀ ਮੌਤ ਹੋ ਜਾਣ ਦੇ ਨਾਲ ਸੋਗ ਦੀ ਲਹਿਰ ਫੈਲ ਗਈ ਹੈ ਇਹ ਕਾਰ ਫੁੱਟਪਾਥ ਦੇ ਨਾਲ ਟਕਰਾ ਕੇ ਪਲਟਦੀ ਹੋਈ ਬਾਈਪਾਸ ਦੇ ਹੇਠਾਂ ਇੱਕ ਫੁੱਟਪਾਥ ਤੇ ਜਾ ਪਹੁੰਚੀ ਸੋ ਤਿੰਨੇ ਨੌਜਵਾਨ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਨਾਲ ਸਬੰਧ ਰੱਖਦੇ ਨੇ ਪੰਜਾਬ ਤੋਂ ਜਿਹੜੇ ਹੈ ਅਮਰੀਕਾ ਵਿੱਚ ਗਏ ਹੋਏ ਸਨ ਧੰਨਵਾਦ